सारे भैन भरावान नूं जय मसीह। मेरे भाई जी नाल ही लगी हुई सी चौथा शनिवार अज एतवार। पहले सब खड़े हो जाइए, इन्हां दी बहुत ही अद्भुत गवाही है, शायद तुहानूं पता भी होगा। सब खड़े हो जाइए, बिल्कुल खड़े हो जाइए। तुहानूं की प्रॉब्लम है? की प्रॉब्लम है? गल दे विच इन्हां दे कैंसर आ, कैंसर। किन्ने एतवार हो गए तुहानूं आंदे? अज चौथा एतवार है। चौथा एतवार आ? पहले, हाँ जी पहले एतवार ही मैं नाली दा पानी पीता इत्थों आ के। इन्हां दे नाली लगी हुई सी, तुसीं कईआं ने देखिया होवेगा। तुहानूं पता कि पहले एतवार ही तुहाडे लई अगवाई हुई सी? की अगवाई हुई सी ज्यादा तुहानूं? नहीं कि तुहाडी जिहड़ी नाली आ, हाँ जी, ओह उतरन वाली आ, जिहड़ी नाली आ हटण वाली आ। ਅਤੇ ਨਾਲੀ ਤੁਹਾਡੀ ਹਟ ਗਈ ਆ ਹੁਣ? ਤੀਜੇ ਸ਼ਨੀ ਐਤਵਾਰੀ ਕੱਢਦਾ ਕਢਾਤੀ ਅਸੀਂ। ਕਢਾਤੀ ਸੀ? ਹਾਂਜੀ। ਅਤੇ ਹੁਣ ਕਿੰਨਾ ਫਰਕ ਆ ਤੁਹਾਨੂੰ? ਫਰਕ ਆ ਜੀ, ਹੁਣ ਮੂਹਰਾ ਪੀਂਦੀ ਹੈ, ਚਾਹ ਵੀ, ਦੁੱਧ ਵੀ, ਰੋਟੀ ਮਾੜੀ ਮਾੜੀ ਖਾ ਲੈਂਦੀ, ਦਲੀ ਆ ਖਿਚੜੀ। ਪਹਿਲਾਂ ਕੁਛ ਵੀ ਨਹੀਂ ਖਾਂਦੇ ਸੀ? ਨਹੀਂ ਜੀ, ਨਾਲੀ ਰਾਹੀਂ ਖਾਂਦੇ ਸੀ। ਅਤੇ ਹੁਣ ਦੁੱਧ, ਚਾਹ, ਰੋਟੀ ਸਭ ਕੁਛ ਖਾਂਦੇ ਹਾਂ। ਯੋਰ ਦਾ ਤਾਲੀ ਵਜਾਵਾਂਗੇ, ਹੱਥਾਂ ਉੱਠਾ ਕੇ ਯੋਰ ਦਾ ਤਾਲੀ ਵਜਾਈਏ। ਅਤੇ ਤੁਹਾਨੂੰ 100% ਦੇ ਵਿੱਚੋਂ ਕਿੰਨਾ ਹੁਣ ਫਰਕ ਲੱਗ ਰਿਹਾ? ਠੀਕ ਆ, ਹਾਂ ਜੀ, ਫੁਰਕ ਆ ਜਿਹੜੀ ਘੱਟ ਖਾਂਦੀ ਆ ਮੈਂ, ਖਿਚੜੀ ਵਗੈਰਾ ਪਤਲਾ ਖਾਣਾ ਖਾਂਦੀ ਆ ਜਿਆਦਾ। ਤੁਹਾਨੂੰ ਪਤਾ ਕਿ ਕਿਸਨੇ ਚੰਗਾ ਕੀਤਾ ਤੁਹਾਨੂੰ? ਪ੍ਰਭੂ ਨੇ। ਪ੍ਰਭੂ ਦਾ ਨਾਮ ਕੀ ਆ? ਪ੍ਰਭੂ। ਪ੍ਰਭੂ ਜੀ ਐਮ ਸੀ। ਯਸੂ। 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 ਮਸੀਹ। ਮਸੀਹ। ਯਸੂ ਮਸੀਹ। ਯਸੂ ਮਸੀਹ। ਨੇ। ਨੇ। ਮੈਨੂੰ। ਮੈਨੂੰ। ਚੰਗਾ ਕੀਤਾ ਹੈ। ਚੰਗਾ ਕੀਤਾ। ਯੋਰ ਦਾ ਤਾਲੀ ਵਜਾਈਏ, ਇਹ ਅਦਭੁਤ ਗਵਾਹੀ ਆ, ਪਰਮੇਸ਼ਰ ਮਹਾਨ ਆ, ਜ਼ਿੰਦਾ ਖੁਦਾ ਆ। ਹਾਲੇਲੂਇਆ। दो मिनट रुक जी, रुक जी, ठीक है, उत्थे जाइए, उत्थे जाइए। हालेलुया। इत्थे खड़ जी। तुहाडी नाली किथे आ? उत्थे चल गई। होगी जी नाली, जिधर एतवारी आया था ना सात साल सोन, उत्थे तीए दिन से खुला थी नाली, वो उत्थे रख दिए उन्होंने। ए छड्डे ते खुला गया सी पौंसे। घर आ? पौंसे, पौंसे अड्डे ते डॉक्टर कोल। अच्छा, जो तुसी इत्थे आए तुहानू ਯਕੀਨ ਸੀਗਾ ਕਿ ਮੇਰੀ ਨਾਲੀ ਲੈ ਜਾਊਗੀ? ਹਾਂਜੀ, ਵਿਸ਼ਵਾਸ ਸੀਗਾ ਕਿ ਮੇਰੀ ਨਾਲੀ ਲੈ ਜਾਏਗੀ? ਹਾਂਜੀ, ਵਿਸ਼ਵਾਸ ਦਾ। ਮੈਨੂੰ ਕਹਿੰਦੇ ਵੀ ਚੰਡੀਗੜ੍ਹ ਖਲਾਇਆ ਸੀ ਕਿ ਚੰਡੀਗੜ੍ਹ ਵੀ ਮੈਂ ਜਾਣਾ ਖਲਾਉਣ। ਫਿਰ ਚਰਚ ਵਿੱਚ ਆ ਗਏ? ਚਰਚਾ ਆ ਗਏ ਇੱਥੇ। ਹੁਣ ਕੀ ਕਰੋਗੇ? ਪ੍ਰਭੂ ਦੇ ਲਈ, ਪ੍ਰਭੂ ਨੇ ਨਾਲੀ ਲਾ ਦਿੱਤੀ ਔਰ ਗੜੇ। ਤੁਹਾਨੂੰ ਪਤਾ, ਯਾਦ ਹੈ ਜਦੋਂ ਮੈਂ ਪਹਿਲੀ ਐਤਵਾਰ, ਹਾਂਜੀ, ਤੁਸੀਂ ਅੰਦਰ ਬੈਠੇ ਸੀ, ਤੁਸੀਂ ਕਹਿੰਦੇ ਮੈਂ ਕੁਛ ਨਹੀਂ ਖਾ ਸਕਦੀ ਇੱਥੇ। ਹਾਂਜੀ। ਉਦੋਂ ਮੈਂ ਕਿੰਨੇ ਚਮਚੇ ਪਾਣੀ ਦੇ ਪਾਏ ਸੀ? ਇੱਕ। ਅੰਦਰ ਚਲ ਗਿਆ ਸੀ ਉਹ? ਹਾਂਜੀ। ਹਮੇ ਹਮੇ ਕੀ ਕਰੋਗੇ ਪ੍ਰਭੂ ਲਈ? ਤੁਸੀਂ ਕੀ ਕਰੋਗੇ? ਮੈਂ ਉਦੋਂ ਵੀ ਪੁੱਛਿਆ ਸੀ ਨਾ ਵੀ ਕੀ ਕਰੋਗੇ ਪ੍ਰਭੂ ਲਈ, ਪ੍ਰਭੂ ਚੰਗਾ। ਹਾਲੇਲੂਇਆ। ਕੀ ਨਾਮ ਹੈ ਤੁਹਾਡਾ? ਸੁਰਿੰਦਰ ਕੌਰ। ਹਾਲੇਲੂਇਆ। ਤੁਹਾਨੂੰ ਪਤਾ ਪ੍ਰਭੂ ਦੇ ਜਿਹੜੇ ਦੂਤ ਆ ਸਵਰਗ ਦੇ ਵਿੱਚ ਨਾ, ਬਾਈਬਲ ਦੇ ਵਿੱਚ ਲਿਖਿਆ ਜਦੋਂ ਧਰਤੀ ਦੇ ਉੱਤੇ ਕੋਈ ਮਲਾਇਕਾ ਜਾਂ ਕੋਈ ਤੌਬਾ ਕਰਦਾ ਆ ਜਾਂ ਪ੍ਰਭੂ ਨੂੰ ਸਵੀਕਾਰ ਕਰਦਾ ਤਾਂ ਉਹ ਕੀ ਕਰਦੇ ਆ? ਪ੍ਰਭੂ ਦੀ ਹਜ਼ੂਰੀ ਦੇ ਵਿੱਚ ਪਵਿੱਤਰਤਾਈ ਦੇ ਨਾਲ ਭੰਗੜਾ ਪਾਉਂਦੇ ਆ, ਨੱਚਦੇ ਆਓ। ਹਾਲੇਲੂਇਆ। ਇੱਥੇ ਤੁਹਾਡੀ ਜ਼ਿੰਦਗੀ ਨੂੰ ਪਰਮੇਸ਼ਵਰ ਨੇ ਵਧਾ ਦਿੱਤਾ ਔਰ ਤੁਹਾਡੀ ਨਾਲੀ ਲੈ ਚੁੱਕੀ ਆ, ਜਿਸ ਦੇ ਰਾਹੀਂ ਤੁਸੀਂ, ਕਿਉਂਕਿ ਮੈਨੂੰ ਪਤਾ ਆ ਕਈਆਂ ਦੀ ਨਾਲੀ ਲੱਗੀ ਹੋਈ ਆ, ਅਸੀਂ ਦੇਖਿਆ, ਪਰ ਉਹ ਨਾਲੀ ਲੈਂਦੀ ਨਹੀਂ ਹੈਗੀ, ਉਹ ਜੀਵਨ ਉਹਨਾਂ ਦਾ ਖਤਮ ਹੋ ਜਾਂਦਾ ਪਰ ਨਾਲੀ ਨਹੀਂ ਲੈਂਦੀ। ਪਰ ਜੋ ਯਸੂ ਦੇ ਕੋਲ ਆ ਜਾਂਦਾ ਉਹਨਾਂ ਦੀ ਜ਼ਿੰਦਗੀ ਵੀ ਵੱਧਦੀ ਆ ਤੇ ਨਾਲੀਆਂ ਵੀ ਲੈਂਦੀਆਂ। 8 ਮਹੀਨੇ ਤੋਂ ਸਿਰਫ ਨਾਲੀ ਰਹੀ ਰਹਿੰਦੇ ਸੀ। ਹਾਂਜੀ, ਡਾਕਟਰ ਕਹਿੰਦੇ ਚੰਡੀਗੜ੍ਹ ਵੀ ਪੈਪ ਪਾ ਲੈਣਾ ਪੱਕਾ ਹੀ ਗੜ੍ਹ 'ਚ, ਮੈਂ ਗਈ ਨਹੀਂ ਚੰਡੀਗੜ੍ਹ। ਹਾਲੇਲੂਇਆ। ਕਹਿੰਦੇ ਪੱਕਾ ਹੀ ਪੈਪ ਪਾ ਲੈਣਾ ਗੜ੍ਹ 'ਚ ਵੀ ਇਹ ਨਾਲੀ ਕੱਢ ਦੇਣੀ। ਪਰ ਪਤਾ ਡਾਕਟਰ ਕਹਿੰਦੇ ਸੀ ਡੁਪਲੀਕੇਟ ਪੈਪ ਪਾੜ ਦੇ ਲਈ। ਹਾਂਜੀ। ਪਰ ਪਰਮੇਸ਼ਵਰ ਕਹਿੰਦਾ ਜਿਹੜਾ ਮੈਂ ਆਲਰੇਡੀ ਪੈਪ ਤੁਹਾਡੇ ਅੰਦਰ ਓਰੀਜਨਲ ਪਾਇਆ, ਮੈਂ ਉਹਨੂੰ ਹੀ ਸਾਫ਼ ਕਰਨ ਵਾਲਾ ਆ। ਉਹੀ ਉਹ ਸਾਫ਼ ਹੋ ਚੁੱਕਾ ਆ, ਤੁਸੀਂ ਖਾਂਦੇ ਹੋ, ਪੀਂਦੇ ਹੋ, ਪ੍ਰਭੂ ਦੇ ਲਈ ਜੀਓ, ਪ੍ਰਭੂ ਦੇ ਲਈ ਆਪਣੀ ਜੀਵਨ ਨੂੰ ਜਿੰਨੀ ਬਚਿਓ ਉਮਰ ਪ੍ਰਭੂ ਦੇ ਲਈ ਜੀਣਾ, ਤੌਬਾ ਕਰਨਾ, ਬਪਤਿਸਮਾ ਲੈਣਾ, ਆਪਣੀ ਗਵਾਹੀ ਘੱਟ ਤੋਂ ਘੱਟ 10 ਲੋਕਾਂ ਨੂੰ ਜਾ ਕੇ ਦੱਸਣੀ ਹੈ। ਕਿੰਨੇ ਲੋਕਾਂ ਨੂੰ? ਕਿੰਨੇ ਲੋਕਾਂ ਨੂੰ ਦੱਸਣਾ ਜਾ ਕੇ? 10 ਲੋਕਾਂ ਨੂੰ ਜਿਹੜੇ ਤੁਹਾਡੀ ਤਰ੍ਹਾਂ ਬਿਮਾਰ ਹੋਣਗੇ, ਲਾਚਾਰ ਹੋਣਗੇ ਜਾਂ ਕਿਸੇ ਵੀ ਚੀਜ਼ ਦੇ ਵਿੱਚ ਉਹ ਫਸੇ ਹੋਇਆ ਜਾਂ ਕਿਸੇ ਵੀ ਬਿਮਾਰੀ 'ਚ ਫਸੇ, ਉਹਨਾਂ ਨੂੰ ਕਿੰਨੇ ਲੋਕਾਂ ਨੂੰ ਦੱਸਣਾ? 10 ਲੋਕਾਂ ਨੂੰ ਇਸ ਐਤਵਾਰ ਤੋਂ ਲੈ ਕੇ ਅਗਲੇ ਐਤਵਾਰ ਤੱਕ 7 ਦਿਨਾਂ ਵਿੱਚ 10 ਲੋਕਾਂ ਨੂੰ ਦੱਸਣਾ ਹੈ। ਖੁਸ਼ ਹੋ ਹੁਣ? ਹਾਂਜੀ। ਪ੍ਰਭੂ ਦੀ ਕਿਰਪਾ ਹੋ ਗਈ, ਖੁਸ਼ ਹੋ? ਹਾਂਜੀ। ਹਾਲੇਲੂਇਆ।
के मौजा लग गई ने, के मौजा लग गई ने। ताली बजाइए सारे इस साइड की गुआरी के लिए, ताली बजा के नाच के। के मौजा लग गई ने, राजा दाऊद नाचता था। अपने पैर इस तरह करोगे हलाओगे ना तो तुहाडे जीवन दे विच भी परमेश्वर इसे तरह मिराकल करेगा। एक दिन तुसी मोहरे आ जाओगे और अपनी गुआही दसोगे कि मेरी लाइफ नू, मेरी जिंदगी नू खुदा ने इस तरह बदलता, इस तरह चंगा कर दिता। हालेलुया। और कम से कम इन्होंने 10 लोगों को जाके गवाही देनी तो तुसी सारी संगत ने यही गवाही 5 लोगों को शेयर करनी है। हालेलुया, बोलो हालेलुया। मैं चाहना है कि इतने वो ब्याह का डांस नहीं हो रहा, पार्टियां का डांस नहीं हो रहा, इतने पवित्र राजा दाऊद नचता सी जो राजा दाऊद के उत्ते कृपा हुई है। हालेलुया। थानू पता जेदा कर्जा माफ होया उन्हें पता भी मेरा कर्जा माफ होया है ना। जेड़ा इंसान सच्चे आनंद ना, पवित्रता ना, प्रभु की सामर्थ ना भरदा उन्हें ही पता कि वह भर चुका आ। जेड़ा दूजा गुआंढी देखदा वह कहता पता नहीं की होया इनू, वो सारी उम्र इसे उलझन में कहता पता नहीं की होया, पता नहीं की होया। पर जेनू हो जाता है उन्हें मौजा लग जांदियां। ओके के मौजा लग गईयां ने, सब खड़े होके यीशु मसीह के नाम से मिराकल चमत्कार करता है परमेश्वर। Yeah.
कि परमेश्वर अपने लोगों के जीवन को हील करता चंगा करता वो इतने मौजूद है अजय भैन परमेश्वर की सामर्थ ना खड़ी हो चुकी है ओ रबा शानदार रबा निखा परमेश्वर जे 8 महीनों की जी फ्रूट की नाली लगी हुई से हिला सकता मेरे खुदा के लोगों थोड़े जीवन को परमेश्वर हर बुराई तो बचा सकता हर पाप तो हर बीमारी तो आजाद कर सकता कहीं लोग चिल्ला कर आमीन बोल रहे हैं थैंक यू जीसस सारी महिमा तेरे नाम को दिने यीशु के नाम से मांगते हैं आमीन आमीन।